ਬਿਲਕੁਲ ਸੱਚੀ ਗੱਲ ਆ, ਪਿਆਰ ਸਾਰੇ ਕਰਦੇ ਨੇ, ਸਭ ਤੋਂ ਵੱਧ ਪਿਆਰ ਵੀਰਾ ਪਿਆਰ ਕਰਦਾ ਜੀ, ਉਹ ਪਿਆਰ ਨੂੰ ਦੇਖ ਕੇ ਬਾਕੀ ਸਾਰੇ ਪਿਆਰ ਕਰਦੇ ਨੇ, ਕਿਉਂਕਿ ਤੁਹਾਡੇ ਗਾਣੇ ਜਦੋਂ ਬਾਈ ਨੇ ਤੁਹਾਡੇ ਗਾਣੇ ਕੀਤੇ ਤੋਂ ਬਾਅਦ ਤੁਸੀਂ ਐਜ਼ ਅ ਸਿੰਗਿੰਗ ਦੇ ਗਾਣੇ ਵਿੱਚ ਬੈਕ ਬੈਕ ਗਾਣੇ ਕਰੀ ਜਾ ਰਹੇ ਹੋ, ਤਾਂ ਕਿਵੇਂ ਦਾ ਰਿਸਪੌਂਡ ਹੁੰਦਾ ਹੈ, ਤੁਸੀਂ ਆਪਣੀ ਜੋੜੀ ਨੂੰ ਕਿਵੇਂ ਦੇਖਦੇ ਹੋ ਵੀ ਕਿੱਥੋਂ ਸ਼ੁਰੂ ਹੋਏ ਅਤੇ ਕਿੱਥੇ ਪਹੁੰਚੇ? ਬਿਲਕੁਲ ਜੀ, ਪਹਿਲਾਂ ਲਿਖਣਾ ਸਿੱਖਿਆ ਵੀਰੇ, ਵੀਰੇ ਹੋਣਾ ਨਾਲ ਰਹਿ ਰਹਿ ਕੇ ਹੌਲੀ ਹੌਲੀ ਰਾਈਮ ਕਰਨਾ ਸਿੱਖਿਆ, ਸਟੋਰੀਆਂ ਸੋਚਣੀਆਂ ਸਿੱਖੀਆਂ, ਤਾਂ ਪਰਮੇਸ਼ ਵੀਰੇ ਤੋਂ ਹੀ ਸਾਰਾ ਕੁਝ ਸਿੱਖਿਆ, ਅਤੇ ਹੁਣ ਲੱਗਦਾ ਕਿ ਹਾਂ ਵਧੀਆ, ਸਾਰਿਆਂ ਨੂੰ ਉਹ ਚੀਜ਼ਾਂ ਵਧੀਆ ਲੱਗ ਰਹੀਆਂ ਨੇ। ਅਤੇ ਜਿਵੇਂ ਪਰਮੇਸ਼ ਨੇ ਕਿਹਾ ਤੁਹਾਡਾ ਪਹਿਲਾਂ ਇੰਟਰਵਿਊ ਮਿਲਿਆ ਤਾਂ ਮੈਂ ਹੀ ਕਰ ਰਿਹਾ, ਤੁਸੀਂ ਤਾਂ ਪਹਿਲਾਂ ਕੈਮਰੇ ਮੂਹਰੇ ਨਹੀਂ ਆਏ? ਨਾ ਵੀਰੇ ਮੈਂ ਨਹੀਂ ਆਇਆ। ਨਰਵਸ ਤਾਂ ਨਹੀਂ ਹੋ ਗਈ? ਨਰਵਸ ਤਾਂ ਨਹੀਂ ਵੈਸੇ। ਅਤੇ ਹੁਣ ਫਿਰ ਇਸ ਤੋਂ ਬਾਅਦ ਫਿਲਮਾਂ 'ਚ ਕਦੋਂ ਨਜ਼ਰ ਆਉਂਗੇ ਨਾਲ ਬਾਈ? ਨਹੀਂ ਹਲੇ ਫਿਲਮਾਂ 'ਚ ਨਹੀਂ ਜੀ, ਹਲੇ ਤਾਂ ਸਿੱਖ ਰਹੇ ਹਾਂ ਹੌਲੀ ਹੌਲੀ ਅੱਗੇ। ਅਜੇ ਗਾਣੇ ਕਰਦੇ? ਹਾਂਜੀ ਹਾਂ, ਹਲੇ ਗਾਣੇ ਗੁਣੇ ਕਰਦੇ ਹਾਂ ਵੀਰੇ।